क्षत्रिय काल ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲੋ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਯੂਨੀਫਾਰਮ ਸਿਵਲ ਕੋਡ ਦੀ ਜਿਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਰੌਲਾ ਪੈਂਦਾ ਦਿਖਾਈ ਦਿੰਦਾ ਹੈ ਅਰਵਿੰਦ ਕੇਜਰੀਵਾਲ ਨੇ ਕਰੋੜਾਂ ਰੁਪਈਆ ਲਾ ਕੇ ਜੋ ਆਪਣੇ ਘਰ ਦੀ ਰਿਪੇਅਰ ਕਰਵਾਈ ਸੀ ਉਸ ਨੂੰ ਲੈ ਕੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਠਕ ਕੀਤੀ ਜਾ ਸਕਦੀ ਹੈ ਕਿ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਤੱਕ ਕਾ ਕਰ ਦਿੱਤਾ ਹੈ ਮੋਗਾ ਦੇ ਸਿਵਲ ਹਸਪਤਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੂੰ ਏਸੀਆਂ ਵਾਲੇ ਮਸਲੇ ਦੇ ਵਿੱਚ ਕਲੀਨ ਚਟ ਦੇ ਦਿੱਤੀ ਹੈ ਨੇਤਰਹੀਣਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਿਉਂ ਕੀਤਾ ਗਿਆ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਯੂਨੀਫਾਰਮ ਸਿਵਲ ਕੋਡ ਤੋਂ ਕਰਦੇ ਹਾਂ UCC यूनिफॉर्म सिविल कोड ਨੂੰ ਲੈ ਕੇ ਇੱਕ ਵਾਰ ਫਿਰ ਤੋਂ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚਰਚਾ ਛੇੜ ਦਿੱਤੀ ਗਈ ਹੈ ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਪ੍ਰੋਗਰਾਮ ਸੀ ਜਿਸ ਦੇ ਵਿੱਚ ਨਰਿੰਦਰ ਮੋਦੀ ਨੇ ਆਖਿਆ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਬਿਲਕੁਲ ਸੀਰੀਅਸ ਹਾਂ ਭਾਰਤ ਦੇ ਵਿੱਚ ਯੂਸੀਸੀ ਲਾਗੂ ਹੋਣਾ ਚਾਹੀਦਾ ਹੈ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਯੂਨੀਫਾਰਮ ਸਿਵਲ ਕੋਡ ਭਾਰਤ ਦੇ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ ਇਸ ਦਾ ਮਤਲਬ ਇਹ ਹੈ ਕਿ ਜੋ ਵੀ ਕਾਨੂੰਨ ਭਾਰਤ ਦੇ ਵਿੱਚ ਬਣਦਾ ਹੈ ਉਹ ਸਾਰਿਆਂ ਤੇ ਇੱਕਸਾਰ ਲਾਗੂ ਹੋਣਾ ਚਾਹੀਦਾ ਹੈ ਭਾਵੇਂ ਉਹ ਕੋਈ ਵੀ ਧਰਮ ਹੋਵੇ ਕੋਈ ਵੀ ਜਾਤ ਹੋਵੇ ਅਮੀਰ ਗਰੀਬ ਹੋਵੇ ਸਾਰਿਆਂ ਤੇ ਇੱਕਸਾਰ ਉਹ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਇਸ ਨੂੰ ਯੂਨੀਫਾਰਮ ਸਿਵਲ ਕੋਡ ਆਖਿਆ ਜਾਂਦਾ ਹੈ ਕਿਉਂਕਿ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਨੇ ਇਸ ਕਰਕੇ ਕਈ ਵਾਰ ਕਾਨੂੰਨ ਕਿਸੇ ਹੋਰ ਧਰਮ ਲਈ ਹੋਰ ਅਤੇ ਕਿਸੇ ਹੋਰ ਧਰਮ ਲਈ ਹੋਰ ਹੁੰਦਾ ਹੈ ਉਦਾਹਰਣ ਦੇ ਤੌਰ ਤੇ ਜੇਕਰ ਮੁਸਲਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇੱਕ ਤੋਂ ਵੱਧ ਵਿਆਹ ਕਰਾਉਣ ਦੀ ਇਜਾਜ਼ਤ ਹੈ ਵੈਸੇ ਭਾਰਤੀ ਸੰਵਿਧਾਨ ਦੇ ਮੁਤਾਬਕ ਇੱਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਵਾਇਆ ਜਾ ਸਕਦਾ ਜੇਕਰ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਗਿਆ ਤਾਂ ਮੁਸਲਮਾਨਾਂ ਤੇ ਵੀ ਇਹੀ ਕਾਨੂੰਨ ਲਾਗੂ ਹੋ ਜਾਵੇਗਾ ਜਿਵੇਂ ਕੇ ਜਿਹੜੇ ਸਿੱਖ ਨੇ ਪੱਗ ਬੰਨਦੇ ਨੇ ਉਹਨਾਂ ਲਈ ਹੈਲਮਟ ਲਾਜ਼ਮੀ ਨਹੀਂ ਹੈ ਦੁਪੱਈਆ ਵਾਹਣ ਚਲਾਉਣ ਵੇਲੇ ਪਰ ਜੇਕਰ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਂਦਾ ਹੈ ਤਾਂ ਫਿਰ ਪੱਗਾਂ ਵਾਲਿਆਂ ਨੂੰ ਵੀ ਹੈਲਮਟ ਪਹਿਨਣਾ ਪੈ ਸਕਦਾ ਹੈ ਇਸ ਤਰੀਕੇ ਨਾਲ ਧਰਮਾਂ ਦੇ ਮੁਤਾਬਕ ਜੋ ਕਾਨੂੰਨਾਂ ਦੇ ਵਿੱਚ ਛੋਟ ਜਾਂ ਫਿਰ ਬਦਲਾ ਹਨ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਹੋਣ ਦੇ ਨਾਲ ਸਾਰੇ ਹੀ ਖਤਮ ਹੋ ਜਾਣਗੇ ਇਸੇ ਕਰਕੇ ਹੀ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਵੱਖ-ਵੱਖ ਧਰਮਾਂ ਦੇ ਵੱਲੋਂ ਵੀ ਕੀਤਾ ਜਾਂਦਾ ਹੈ ਅਤੇ ਸਿੱਖਾਂ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਮੁਸਲਮਾਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾਂਦਾ ਹੈ ਹੁਣ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਮਰਥਨ ਦੇ ਦਿੱਤਾ ਹੈ ਨરેન્દ્ર ਮੋਦੀ ਨੇ ਆਖਿਆ ਇੱਕ ਪਰਿਵਾਰ ਦੇ ਵਿੱਚ ਜੇਕਰ ਦੋ ਮੈਂਬਰਾਂ ਤੇ ਵੱਖੋ-ਵੱਖ ਕਾਨੂੰਨ ਲਾਗੂ ਕਰਾਂਗੇ ਤਾਂ ਘਰ ਨਹੀਂ ਚੱਲਦਾ ਇਸ ਕਰਕੇ ਇੱਕ ਘਰ ਤੇ ਇੱਕ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਇਸ ਕਰਕੇ ਯੂਨੀਫਾਰਮ ਸਿਵਲ ਕੋਡ ਲਾਗੂ ਹੋਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਨੇ ਸਮਰਥਨ ਦਿੰਦਿਆਂ ਆਖ ਦਿੱਤਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣਾਏ ਗਏ ਨੇ ਪੰਜਾਬ ਤੋਂ ਸੰਦੀਪ ਪਾਠਕ ਉਹਨਾਂ ਨੇ ਆਖਿਆ ਅਸੀਂ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਦਾ ਸਿਧਾਂਤਕ ਸਮਰਥਨ ਕਰਦੇ ਹਾਂ ਭਾਵੇਂ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਕਿ ਹਾਂ ਭਾਰਤ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਹੋਣਾ ਚਾਹੀਦਾ ਹੈ ਅਸੀਂ ਇਸ ਦੇ ਪੱਖ ਦੇ ਵਿੱਚ ਹਾਂ ਹਾਲਾਂਕਿ ਸੰਦੀਪ ਪਾਠਕ ਨੇ ਨਾਲ ਦੇ ਨਾਲ ਇਹ ਵੀ ਕਹਿ ਦਿੱਤਾ ਕਿ ਜਿਹੜੇ ਵੀ ਇਸ ਦੇ ਵਿੱਚ ਭਾਈਵਾਲ ਹਨ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਜ਼ਰੂਰ ਕਰ ਲੈਣੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਉਸ ਤੋਂ ਬਾਅਦ ਸਿਵਲ ਕੋਡ ਯੂਨੀਫਾਰਮ ਸਿਵਲ ਕੋਡ ਭਾਰਤ ਦੇ ਵਿੱਚ ਲਾਗੂ ਕਰ ਦੇਣਾ ਚਾਹੀਦਾ ਹੈ ਅਸੀਂ ਪੱਖ ਦੇ ਵਿੱਚ ਹਾਂ ਕਾਂਗਰਸ ਪਾਰਟੀ ਨੇ ਆਖਿਆ ਭਾਰਤ ਦੇ ਵਿੱਚ ਜਿਹੜੇ ਗੰਭੀਰ ਮੁੱਦੇ ਨੇ ਲੋਕਾਂ ਦੇ ਜਿਵੇਂ ਕਿ ਮਹਿੰਗਾਈ ਵਾਧੀ ਜਾਂਦੀ ਹੈ ਗਰੀਬੀ ਵਾਧੀ ਜਾਂਦੀ ਹੈ ਬੇਰੁਜ਼ਗਾਰੀ ਵਾਧੀ ਜਾਂਦੀ ਹੈ ਨੌکریاں ਨਹੀਂ ਮਿਲ ਰਹੀਆਂ ਇਹਨਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਨਰਿੰਦਰ ਮੋਦੀ ਦੇ ਵੱਲੋਂ ਇਹ ਨਵਾਂ ਸ਼ਗੂਫਾ ਛੱਡਿਆ ਗਿਆ ਹੈ ਪਰ ਮੁੱਖ ਮੁੱਦਿਆਂ ਤੇ ਆਉਣਾ ਚਾਹੀਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੱਲ ਜੇਕਰ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਹੈ ਅਕਾਲੀ ਦਲ ਉਸ ਦੇ ਵੱਲੋਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕਰਦੇ ਆ ਗਿਆ ਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਿਲਜੀਤ ਸਿੰਘ ਚੀਮਾ ਆਖਦੇ ਨੇ ਪਹਿਲੀ ਗੱਲ ਤਾਂ ਇਹ ਸੰਦੀਪ ਪਾਠਕ ਦੇ ਬਿਆਨ ਤੋਂ ਕੇਜਰੀ ਵਾਲ ਦਾ ਚਿਹਰਾ ਨੰਗਾ ਹੋ ਗਿਆ ਏ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਮਿਲ ਕੇ ਚੱਲਦੇ ਨੇ ਅਤੇ ਉਹ ਵੱਖ-ਵੱਖ ਧਰਮਾਂ ਦੇ ਵਿੱਚ ਯਕੀਨ ਨਹੀਂ ਰੱਖਦੇ ਉਹ ਉਹੀ ਨੀਤੀ ਤੇ ਚੱਲਦੇ ਨੇ ਜੋ ਕਿ ਬੀਜੇਪੀ ਚੱਲਦੀ ਹੈ ਦੂਜੀ ਗੱਲ ਉਹ ਕਹਿੰਦੇ ਨੇ ਅਸੀਂ ਯੂਨੀਫਾਰਮ ਸਿਵਲ ਕੋਡ ਦੇ ਖਿਲਾਫ ਹਾਂ ਕਿਉਂਕਿ ਭਾਰਤ ਵੱਖ-ਵੱਖ ਧਰਮਾਂ ਦਾ ਦੇਸ਼ ਹੈ ਇਸ ਕਰਕੇ ਹਰ ਇੱਕ ਧਰਮ ਦੀ ਆਪਣੀ ਆਸਥਾ ਹੁੰਦੀ ਹੈ ਇਸ ਕਰਕੇ ਯੂਨੀਫਾਰਮ ਸਿਵਲ ਕੋਡ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਅਕਾਲੀ ਦਲ ਦੇ ਵੱਲੋਂ ਇਸ ਦੀ ਵਿਰੋਧਤਾ ਕਰ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਬੀਤੇ ਦਿਨੀ ਖਬਰਾਂ ਆਈਆਂ ਸਨ ਕਿ ਅਰਵਿੰਦ ਕੇਜਰੀਵਾਲ ਨੇ 45 ਕਰੋੜ ਰੁਪਈਆ ਲਾ ਕੇ ਆਪਣਾ ਸਰਕਾਰੀ ਘਰ ਰਿਪੇਅਰ ਕੀਤਾ ਹੈ ਉਸ ਵੇਲੇ ਕਾਫੀ ਚਰਚਾ ਛਿੜ ਗਈ ਸੀ ਕਰੋੜਾਂ ਰੁਪਏ ਦਾ ਪੱਥਰ ਈ ਲਾ ਦਿੱਤਾ ਗਿਆ ਸੀ ਘਰ ਦੇ ਵਿੱਚ ਲੱਖਾਂ ਰੁਪਏ ਦੇ ਖਿੜਕੀਆਂ ਤੇ ਪਰਦੇ ਹੀ ਟੰਗ ਦਿੱਤੇ ਗਏ ਸਨ ਇਸ ਤੋਂ ਇਲਾਵਾ ਵੀ ਕਈ ਹੋਰ ਚੀਜ਼ਾਂ ਸਨ ਜਿਹੜੀਆਂ ਆਮ ਨਾਲੋਂ ਬਹੁਤ ਜ਼ਿਆਦਾ ਕਈ ਹਜ਼ਾਰਾਂ ਗੁਣਾ ਮਹਿੰਗੀਆਂ ਸਨ ਜਿਸ ਨੂੰ ਲੈ ਕੇ ਚਰਚਾ ਚੱਲ ਪਈ ਸੀ ਕਿ ਕੇਜਰੀਵਾਲ ਤਾਂ ਕਹਿੰਦੇ ਸੀ ਮੈਂ ਸਰਕਾਰੀ ਘਰ ਲੈਣਾ ਹੀ ਨਹੀਂ ਅਤੇ ਹੁਣ ਸਰਕਾਰੀ ਘਰ ਦੇ ਰੇ ਵਿੱਚ ਰਹਿੰਦੇ ਆ ਵੀ ਰਿਪੇਅਰ ਤੇ 45 ਕਰੋੜ ਰੁਪਈਆ ਲਾ ਦਿੱਤਾ ਏ ਉਸ ਵੇਲੇ ਵੀ ਕਾਫੀ ਕਿਰਕਰੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਹੋਈ ਸੀ ਐਲਜੀ ਦਿੱਲੀ ਦੇ ਐਲਜੀ ਦੇ ਵੱਲੋਂ ਸਿਫਾਰਿਸ਼ ਕੀਤੀ ਗਈ ਸੀ ਕਿ ਜਾਂਚ ਹੋਣੀ ਚਾਹੀਦੀ ਹੈ ਇੱਕ ਘਰ ਦੀ ਮਰਮਤ ਤੇ 45 ਕਰੋੜ ਰੁਪਈਆ ਕਿਵੇਂ ਲੱਗ ਗਿਆ ਅਤੇ ਹੁਣ ਸੀਏਜੀ ਦੇ ਵੱਲੋਂ ਕੈਗ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਇਹ ਐਲਾਨ ਹੋ ਚੁੱਕਾ ਹੈ ਹੁਣ ਕੈਕ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੇ ਜੋ ਆਪਣੇ ਸਰਕਾਰੀ ਬੰਗਲੇ ਦੀ ਰਿਪੇਅਰ ਤੇ 45 ਕਰੋੜ ਰੁਪਇਆ ਲਾਇਆ ਹੈ ਉਸ ਦੀ ਜਾਂਚ ਕੈਕ ਦੇ ਵੱਲੋਂ ਕੀਤੀ ਜਾਵੇਗੀ ਕਿ ਆਖਰ ਕਿੱਥੇ ਕਿੱਥੇ ਇਨਾ ਪੈਸਾ ਲਾ ਦਿੱਤਾ ਜੋ ਰਿਪੇਅਰ ਤੇ ਹੀ 45 ਕਰੋੜ ਰੁਪਇਆ ਲੱਗ ਗਿਆ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੇਕਰ ਕੁਝ ਵੀ ਗੜਬੜੀ ਰਿਪੇਅਰ ਦੇ ਵਿੱਚ ਪਾਈ ਗਈ ਤਾਂ ਹਿਸਾਬ ਕਿਤਾਬ ਦੇ ਵਿੱਚ ਕੋਈ ਵੀ ਗੜਬੜੀ ਪਾਈ ਗਈ ਤਾਂ ਕੈਕ ਦੇ ਵੱਲੋਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਰਿਪੋਰਟ ਤਿਆਰ ਕੀਤੀ ਜਾ ਸਕਦੀ ਹੈ ਇਸ ਮਸਲੇ ਤੇ ਵੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦਿੰਦੀਆਂ ਨੇ ਅੱਗੇ ਵੱਧਦੇ ਆ ਨਰਿੰਦਰ ਮੋਦੀ ਦੇ ਖਿਲਾਫ ਇੱਕ ਫਰੰਟ ਵਿਰੋਧੀ ਧਿਰਾਂ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ 23 ਜੂਨ ਨੂੰ ਬਿਹਾਰ ਦੇ ਪਟਨਾ ਦੇ ਵਿੱਚ ਵਿਰੋਧੀ ਧਿਰਾਂ ਦੀ ਇੱਕ ਬੈਠਕ ਹੋਈ ਸੀ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਕਾਂਗਰਸ ਤੋਂ ਨਾਰਾਜ਼ ਹੋ ਗਏ ਸਨ ਕਿ ਉਹਨਾਂ ਨੇ ਸਾਡੀ ਮਦਦ ਦਾ ਭਰੋਸਾ ਨਹੀਂ ਦਿੰਦਾ ਹੈ ਸਾਡੇ ਸਮਰਥਨ ਦਾ ਭਰੋਸਾ ਨਹੀਂ ਦਿੰਦਾ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦਿੱਲੀ ਦੀਆਂ ਜੋ 7 ਲੋਕ ਸਭਾ ਦੀਆਂ ਸੀਟਾਂ ਹਨ ਆਮ ਆਦਮੀ ਪਾਰਟੀ ਉਹ ਸੀਟਾਂ ਇਕੱਲਿਆਂ ਲੜੇਗੀ ਕਿਸੇ ਦੇ ਨਾਲ ਕੋਈ ਵੀ ਗਠਜੋੜ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਨਹੀਂ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਸੰਦੀਪ ਪਾਠਕ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਉਹਨਾਂ ਤੋਂ ਪੁੱਛਿਆ ਗਿਆ ਜਿਹੜੀ ਹੁਣ ਵਿਰੋਧੀ ਧਿਰਾਂ ਦੀ ਬੈਠਕ ਹੋਣੀ ਹੈ Shimla ਦੇ ਵਿੱਚ ਉਸ ਦੇ ਵਿੱਚ ਤੁਸੀਂ ਜਾਵੋਗੇ 10 ਜਾਂ ਫਿਰ 12 ਜੁਲਾਈ ਨੂੰ ਉਹ ਬੈਠਕ ਹੋ ਸਕਦੀ ਹੈ ਸੰਦੀਪ ਪਾਠਕ ਨੇ ਆਖਿਆ ਕਿ ਇਹ ਤੈਅ ਕਰਨਾ ਹੈ ਅਰਵਿੰਦ ਕੇਜਰੀਵਾਲ ਦਾ ਕੰਮ ਅਤੇ ਇਹ ਨਿਰਪੱਖ ਕਰਦਾ ਹੈ ਕਾਂਗਰਸ ਦੇ ਰਵੱਈਏ ਤੇ ਜੇਕਰ ਕਾਂਗਰਸ ਨੇ ਮਦਦ ਦਾ ਭਰੋਸਾ ਦੇ ਦਿੱਤਾ ਅਸੀਂ ਜਾਵਾਂਗੇ ਜੇਕਰ ਮਦਦ ਦਾ ਭਰੋਸਾ ਨਾ ਦਿੱਤਾ ਤਾਂ ਫਿਰ ਸਾਡਾ ਜਾਣਾ ਮੁਸ਼ਕਲ ਹੈ ਸੰਦੀਪ ਪਾਠਕ ਦੇ ਵੱਲੋਂ ਇਹ ਗੱਲ ਇਸ ਮੌਕੇ ਆਖ ਦਿੱਤੀ ਗਈ ਹੈ ਅੱਗੇ ਵਾਦੇ ਆ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਨਾਲ ਟੱਕਾ ਹੋ ਗਿਆ ਹੈ ਵਨਡੇ ਕ੍ਰਿਕਟ ਵਰਲਡ ਕੱਪ ਹੋਣ ਜਾ ਰਿਹਾ ਹੈ ਅਤੇ ਉਹ ਭਾਰਤ ਦੇ ਵਿੱਚ ਹੋ ਰਿਹਾ ਹੈ ਭਾਵ ਭਾਰਤ ਦੇ ਵੱਲੋਂ ਕ੍ਰਿਕਟ ਵਰਲਡ ਕੱਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ 5 ਅਕਤੂਬਰ ਤੋਂ ਇਹ ਵਰਲਡ ਕੱਪ ਸ਼ੁਰੂ ਹੋਵੇਗਾ ਅਤੇ ਇਸ ਦੇ ਵਿੱਚ 49 ਮੈਚ ਖੇਡੇ ਜਾਣਗੇ ਪਰ 49 ਦੇ ਵਿੱਚੋਂ ਇੱਕ ਵੀ ਮੈਚ ਪੰਜਾਬ ਦੇ ਵਿੱਚ ਨਹੀਂ ਖੇਡਿਆ ਜਾਵੇਗਾ ਪੰਜਾਬ ਦੇ ਮੁਹਾਲੀ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ ਜਿੱਥੇ ਕਿ ਅੰਤਰਰਾਸ਼ਟਰੀ ਮੈਚ ਖੇਡੇ ਜਾਂਦੇ ਨੇ ਪਰ ਇਸ ਵਿਸ਼ਵ ਕੱਪ ਦੇ ਵਿੱਚ ਪੰਜਾਬ ਨੂੰ ਇੱਕ ਵੀ ਮੈਚ ਦੀ ਮੇਜ਼ਬਾਨੀ ਨਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਸਵਾਲ ਖੜੇ ਹੋਣ ਲੱਗ ਪਏ ਨੇ ਕਿ ਕੀ ਪੰਜਾਬ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਵੱਲੋਂ ਤਕਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਬਾਹਰ ਹੀ ਕੱਢ ਦਿੱਤਾ ਗਿਆ ਹੈ ਇਹਨਾਂ ਵੀ ਕੀ ਮਾੜਾ ਹੋ ਗਿਆ ਮੁਹਾਲੀ ਦਾ ਸਟੇਡੀਅਮ ਕਿ ਉੱਥੇ ਇੱਕ ਵੀ ਮੈਚ ਨਹੀਂ ਕਰਵਾਇਆ ਪੰਜਾਬ ਦੇ ਖੇਡ ਮੰਤਰੀ ਗਰਮੀਤ ਸਿੰਘ ਇਸ ਤੇ ਬੋਲ ਪਏ ਮੀਤ ਹੇਰ ਦਾ ਕਹਿਣਾ ਹੈ ਕਿ ਇਹ ਤਾਂ ਸਿਆਸਤ ਹੋਣ ਲੱਗ ਪਈ ਹੈ ਉਹ ਕਹਿੰਦੇ ਨੇ ਖੇਡਾਂ ਦੇ ਵਿੱਚ ਵੀ ਸਿਆਸਤ ਇਹ ਸਿਆਸੀ ਦਖਲਅੰਦਾਜ਼ੀ ਹੋਈ ਹੈ BCCI ਦੇ ਵਿੱਚ ਇਸੇ ਕਰਕੇ ਹੀ ਪੰਜਾਬ ਨੂੰ ਬਾਹਰ ਰੱਖਿਆ ਗਿਆ ਹੈ ਬਿਲਕੁਲ ਇਦਾਂ ਨਹੀਂ ਕੀਤਾ ਜਾਣਾ ਚਾਹੀਦਾ ਪੰਜਾਬ ਦੇ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਵੀ ਅੰਤਰਰਾਸ਼ਟਰੀ ਵਿਸ਼ਵ ਕੱਪ ਦੇ ਮੈਚ ਕਰਵਾਏ ਜਾਣੇ ਚਾਹੀਦੇ ਨੇ ਮੀਤ ਹੇਰ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਬੀਸੀਸੀਆਈ ਦੇ ਵੱਲੋਂ ਜਵਾਬ ਇਹ ਦਿੱਤਾ ਗਿਆ ਕਿ ਅੰਤਰਰਾਸ਼ਟਰੀ ਜਿਹੜਾ ਕ੍ਰਿਕਟ ਕਾਉਂਸਲ ਹੈ ਆਈਸੀਸੀ ਜਿਸ ਨੂੰ ਕਿਹਾ ਜਾਂਦਾ ਹੈ ਉਸਨੇ ਜੋ ਮਾਪਦੰਡ ਰੱਖੇ ਸਨ ਉਹਨਾਂ ਮਾਪਦੰਡਾਂ ਤੇ ਮੋਹਾਲੀ ਦਾ ਕ੍ਰਿਕਟ ਸਟੇਡੀਅਮ ਫਿੱਟ ਨਹੀਂ ਬੈਠਦਾ ਹੈ ਉਨਾ ਮਾਪ ਡੰਡਾ ਤੇ ਉਹ ਖਰਾ ਨਹੀਂ ਉਤਰਦਾ ਏ ਇਸੇ ਕਰਕੇ ICC ਦੇ ਵੱਲੋਂ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਨੂੰ ਰਿਜੈਕਟ ਕਰ ਦਿੱਤਾ ਗਿਆ ਇਸ ਦਾ ਮਤਲਬ ਇਹ ਨਹੀਂ ਕਿ ਹੁਣ ਅੰਤਰਰਾਸ਼ਟਰੀ ਮੈਚ ਨਹੀਂ ਹੋਣਗੇ ਮੋਹਾਲੀ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਣਗੇ ਪਰ ਜਦੋਂ ਕਿਸੇ ਦੋ ਦੇਸ਼ਾਂ ਵਿਚਾਲੇ ਸੀਰੀਜ਼ ਹੋਵੇਗੀ ਮੈਚ ਹੋਣਗੇ ਉਦੋਂ ਇੱਥੇ ਅੰਤਰਰਾਸ਼ਟਰੀ ਮੈਚ ਕਰਵਾ ਦੇਵਾਂਗੇ ਪਰ ਵਰਲਡ ਕੱਪ ਦੇ ਵਿੱਚ ਮੋਹਾਲੀ ਦੇ ਸਟੇਡੀਅਮ ਦੇ ਵਿੱਚ ਮੈਚ ਨਹੀਂ ਹੋਣਗੇ ਪਰ ਅਜੇ ਹਾਂ ਨਹੀਂ ਹੈ ਕਿ ਸਿਰਫ ਪੰਜਾਬ ਨੂੰ ਹੀ ਬਾਹਰ ਕੱਢਿਆ ਗਿਆ ਹੈ ਮੱਧ ਪ੍ਰਦੇਸ਼ ਦੇ इंदौर ਦੇ ਵਿੱਚ ਵੀ ਸਟੇਡੀਅਮ ਹੈ ਉਸ ਨੂੰ ਲੈ ਕੇ ਵੀ ਰੌਲਾ ਪੈ ਗਿਆ ਹੈ ਮੱਧ ਪ੍ਰਦੇਸ਼ ਵਾਲਿਆਂ ਨੇ ਵੀ ਆਖਿਆ ਹੈ ਕਿ ਸਾਨੂੰ ਕਿਉਂ ਬਾਹਰ ਕੱਢਦੇ ਹੋ ਸਾਡਾ ਤਾਂ ਸਟੇਡੀਅਮ ਹੀ ਬੜਾ ਵਧੀਆ ਹੈ ਉਹਨਾਂ ਨੂੰ ਵੀ ਜਵਾਬ ਬੀਸੀਸੀਆਈ ਨੇ ਇਹੀ ਦਿੱਤਾ ਕਿ ਜੋ ਪੈਮਾਨਾ ਰੱਖਿਆ ਗਿਆ ਸੀ ਉਸ ਪੈਮਾਨੇ ਤੇ ਤੁਹਾਡਾ ਵੀ ਸਟੇਡੀਅਮ ਖਰਾ ਨਹੀਂ ਉਤਰਿਆ ਇਸ ਕਰਕੇ ਉੱਥੇ ਵੀ ਮੈਚ ਨਹੀਂ ਹੋਵੇਗਾ ਪਰ ਇਲਜ਼ਾਮ ਇਹ ਲੱਗ ਗਏ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਕਿਉਂਕਿ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਬੀਸੀਸੀਆਈ ਦੇ ਪ੍ਰਧਾਨ ਨੇ ਅਤੇ ਹੁਣ ਇਲਜ਼ਾਮ ਉਹਨਾਂ ਤੇ ਇਹ ਲੱਗ ਗਏ ਨੇ ਕਿ ਗੁਜਰਾਤ ਨੂੰ ਇਸ ਦੇ ਵਿੱਚ ਅਹਿਮੀਅਤ ਦਿੱਤੀ ਗਈ ਆ ਤੇ ਖਾਸ ਤੌਰ ਤੇ ਜੋ ਗੁਜਰਾਤ ਦਾ ਅਹਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਹੈ ਪ੍ਰਧਾਨ ਮੰਤਰੀ ਨੇ ਆਪਣੇ ਨਾਂ ਤੇ ਹੀ ਸਟੇਡੀਅਮ ਦਾ ਨਾਮ ਰੱਖ ਲਿਆ ਨਰਿੰਦਰ ਮੋਦੀ ਸਟੇਡੀਅਮ ਨੂੰ ਸਭ ਤੋਂ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ ਇਹ ਇਲਜ਼ਾਮ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਤੇ ਲੱਗ ਗਏ ਤ੍ਰਿਨਮੂਲਕ ਕਾਂਗਰਸ ਨੇ ਆਖਿਆ ਜਦੋਂ ਆਈਪੀਐਲ ਦੇ ਮੈਚ ਹੋਏ ਸਨ ਉਦਘਾਟਨੀ ਮੈਚ ਵੀ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਕਰਵਾਇਆ ਗਿਆ ਸੀ ਅਤੇ ਜੋ ਫਾਈਨਲ ਮੈਚ ਸੀ ਉਹ ਵੀ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਕਰਵਾਇਆ ਗਿਆ ਸੀ ਹੁਣ ਵਰਲਡ ਕੱਪ ਆ ਗਿਆ ਹੈ ਇਸ ਦਾ ਵੀ ਉਦਘਾਟਨੀ ਮੈਚ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਵੇਗਾ ਅਤੇ ਫਾਈਨਲ ਵੀ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੀ ਰੱਖਿਆ ਗਿਆ ਹੈ ਗੱਲ ਤਾਂ ਇਥੋਂ ਤੱਕ ਪਹੁੰਚ ਗਈ ਹੈ ਕਿ ਭਾਰਤ ਅਤੇ ਪਾਕਿਸਤਾਨ ਦਾ ਜੋ ਵਰਲਡ ਕੱਪ ਦੇ ਵਿੱਚ ਮੈਚ ਹੋਣਾ ਹੈ ਉਹ ਵੀ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੀ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਪੱਖਪਾਤ ਦੇ ਇਲਜ਼ਾਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਲੱਗਦੇ ਦਿਖਾਈ ਦਿੰਦੇ ਨੇ ਕਿਉਂਕਿ ਭਾਜਪਾ ਦੇ ਆਗੂ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਬੀਸੀਸੀਆਈ ਦੇ ਪ੍ਰਧਾਨ ਹਨ ਇਸ ਕਰਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਥੇ ਬੀਸੀਸੀਆਈ ਦੇ ਖਿਲਾਫ ਹੀ ਮੋਰਚਾ ਖੋਲ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੀ ਆਰਥਿਕ ਹਾਲਤ ਡਾਵਾ ਡੋਲ ਹੈ ਪੰਜਾਬ ਨੂੰ ਪੈਸੇ ਚਾਹੀਦੇ ਨੇ ਪਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਲਗਾਤਾਰ ਪੰਜਾਬ ਸਰਕਾਰੇ ਗੱਲ ਆਖ ਰਹੀ ਹੈ ਇੱਕ ਪਾਸੇ ਜਿੱਥੇ ਪਿੰਡੂ ਵਿਕਾਸ ਫੰਡ ਰੋਕਿਆ ਹੋਇਆ ਹੈ ਉਧਰ ਦੂਜੇ ਪਾਸੇ ਕੌਮੀ ਸਿਹਤ ਮਿਸ਼ਨ ਦੇ ਪੈਸੇ ਵੀ ਕੇਂਦਰ ਸਰਕਾਰ ਨੇ ਰੋਕੇ ਹੋਏ ਨੇ 2600 ਕਰੋੜ ਦੀ ਜੋ ਸਪੈਸ਼ਲ ਗ੍ਰਾਂਟ ਮਿਲਦੀ ਹੈ ਉਹ ਵੀ ਰੋਕੀ ਹੋਈ ਹੈ ਕੇਂਦਰ ਸਰਕਾਰ ਨੇ ਕੁੱਲ ਮਿਲਾ ਕੇ ਹਜ਼ਾਰਾਂ ਕਰੋੜ ਰੁਪਇਆ ਕੇਂਦਰ ਸਰਕਾਰ ਦੇ ਵੱਲ ਬਕਾਇਆ ਪਿਆ ਹੈ ਪੰਜਾਬ ਸਰਕਾਰ ਦਾ ਸੁਪਰੀਮ ਕੋਰਟ ਦੇ ਵਿੱਚ ਜਾਣ ਦੀ ਤਿਆਰੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਕੇਂਦਰ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕੇਸ ਪਾ ਲਈਏ ਕਿ ਸਾਡਾ ਪੈਸਾ ਸਾਨੂੰ ਦਿਓ ਭਗਵੰਤ ਮਾਨ ਆਖ ਚੁੱਕੇ ਨੇ ਅਸੀਂ ਜ਼ਰੂਰ ਜਾਵਾਂਗੇ ਸੁਪਰੀਮ ਕੋਰਟ ਦੇ ਵਿੱਚ ਪਰ ਹੁਣ ਮੀਡੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਗੱਲ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਇੱਕ ਵਾਰ ਮੁਲਾਕਾਤ ਕਰ ਲਈ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਮੰਤਰੀਆਂ ਨਾਲ ਮੁਲਾਕਾਤਾਂ ਕਰ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਨੂੰ ਵੀ ਮਿਲ ਚੁੱਕੇ ਨੇ ਪਿਊਸ਼ ਗੁਇਲ ਨੂੰ ਵੀ ਮਿਲ ਚੁੱਕੇ ਨੇ ਆਰ ਕੇ ਸਿੰਘ ਨੂੰ ਵੀ ਮਿਲ ਚੁੱਕੇ ਨੇ ਪਰ ਉਹਨਾਂ ਨੇ ਸਿਰਫ ਭਰੋਸੇ ਹੀ ਦਿੱਤੇ ਪੈਸੇ ਨਹੀਂ ਦਿੱਤੇ ਹੁਣ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਵੀ ਮਿਲ ਕੇ ਅਪੀਲ ਮੁੱਖ ਮੰਤਰੀ ਕਰ ਸਕਦੇ ਨੇ ਕਿ ਜੋ ਸਾਡਾ ਹੱਕ ਹੈ ਸੂਬੇ ਪੰਜਾਬ ਦਾ ਸਾਨੂੰ ਦੇਵੋ ਨਹੀਂ ਤਾਂ ਫਿਰ ਸੁਪਰੀਮ ਕੋਰਟ ਦਾਰਾ ਮਨਜ ਆਪ ਸਰਕਾਰ ਦੇ ਵੱਲੋਂ ਅਪਣਾਇਆ ਜਾਵੇਗਾ ਅਜਹੀਆਂ ਮੀਡੀਆ ਰਿਪੋਰਟਾਂ ਹੁਣ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਨੇ ਕਦੋਂ ਇਹ ਬੈਠਕ ਹੋਵੇਗੀ ਅਜੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਕੇਂਦਰ ਸਰਕਾਰ ਦੇ ਵੱਲੋਂ 2023-24 ਦੇ ਲਈ ਗੰਨੇ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਗੰਨੇ ਦਾ ਭਾ ਕੇਂਦਰ ਸਰਕਾਰ ਦੇ ਵੱਲੋਂ 10 ਰੁਪਏ ਪ੍ਰਤੀ ਕੁੰਟਲ ਵਧਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਦਾ ਭਾ ਗੰਨੇ ਦਾ ਭਾ 315 ਰੁਪਏ ਪ੍ਰਤੀ ਕੁੰਟਲ ਹੋ ਚੁੱਕਾ ਹੈ ਇਸ ਨੂੰ ਲੈ ਕੇ ਉੱਤਰ ਭਾਰਤ ਦੇ ਸੂਬਿਆਂ ਦੇ ਵਿੱਚ ਕਾਫੀ ਸਿਆਸਤ ਹੁੰਦੀ ਹੈ ਭਾਵੇਂ ਪੰਜਾਬ ਹੋਵੇ ਹਰਿਆਣਾ ਹੋਵੇ ਉੱਤਰ ਪ੍ਰਦੇਸ਼ ਹੋਵੇ ਇਹਨਾਂ ਸੂਬਿਆਂ ਦੇ ਵਿੱਚ ਦੌੜ ਲੱਗੀ ਰਹਿੰਦੀ ਹੈ ਕਿ ਕਿਹੜਾ ਸੂਬਾ ਜ਼ਿਆਦਾ ਪੈਸੇ ਦਿੰਦਾ ਹੈ ਗੰਨੇ ਦਾ ਪਾ ਸਭ ਤੋਂ ਵੱਧ ਕੌਣ ਭਰਦਾ ਏ ਅਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਵੀ ਲਾਏ ਜਾਂਦੇ ਨੇ ਕਿ ਸਾਡੇ ਮਿੱਲਾਂ ਦੇ ਵੱਲ ਪੈਸੇ ਬਕਾਏ ਨੇ ਸਰਕਾਰ ਦੇ ਵੱਲ ਪੈਸੇ ਬਕਾਏ ਨੇ ਅਤੇ ਲਗਾਤਾਰ ਧਰਨੇ ਵੀ ਲੱਗਦੇ ਨੇ ਹੁਣ ਵੇਖਣਾ ਹੋਵੇਗਾ ਕਿ ਜੋ 10 ਰੁਪਏ ਪ੍ਰਤੀ ਕੁਇੰਟਲ ਰੇਟ ਕੇਂਦਰ ਸਰਕਾਰ ਦੇ ਵੱਲੋਂ ਬਤਾਇਆ ਗਿਆ ਏ ਕਿਉਂਕਿ ਭਾਜਪਾ ਤਾਂ ਕਹਿ ਰਹੀ ਹੈ ਕਿ ਬਹੁਤ ਵਧੀਆ ਕੰਮ ਸਾਡੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਨੂੰ ਊਠ ਦੇ ਮੂੰਹ ਦੇ ਵਿੱਚ ਜ਼ੀਰਾ ਦੱਸਿਆ ਜਾ ਸਕਦਾ ਹੈ ਅੱਗੇ ਵਧਦੇ ਆ ਪੰਜਾਬ ਦੇ ਰਾਜਪਾਲ ਦੇ ਕੋਲ ਦੋ ਬਿੱਲ ਪਹੁੰਚ ਗਏ ਨੇ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਸਨ ਵਿਧਾਨ ਸਭਾ ਦੇ ਪਿਛਲੇ اجلاس ਦੇ ਵਿੱਚ ਚਾਰ ਮਤੇ ਪਾਸ ਕੀਤੇ ਗਏ ਸਨ ਅਤੇ ਇਹਨਾਂ ਚਾਰਾਂ ਦੇ ਵਿੱਚੋਂ ਦੋ ਬਿੱਲ ਰਾਜਪਾਲ ਦੇ ਕੋਲ ਦਸਤਖਤ ਕਰਨ ਲਈ ਪਹੁੰਚ ਗਏ ਹਨ ਇੱਕ ਹੈ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਜੋ ਸੋਧ ਕੀਤੀ ਗਈ ਹੈ 2023 ਬਿੱਲ ਜੇਕਰ ਗਵਰਨਰ ਦੇ ਵੱਲੋਂ ਇਸ ਤੇ ਸਾਈਨ ਕਰ ਦਿੱਤੇ ਜਾਂਦੇ ਨੇ ਤਾਂ ਇਹ ਬਿੱਲ ਪਾਸ ਹੋ ਜਾਵੇਗਾ ਅਤੇ ਇਹ ਸੋਧਾ ਕਾਨੂੰਨ ਬਣ ਜਾਵੇਗੀ ਉਸ ਦਾ ਮਤਲਬ ਇਹ ਹੋਏਗਾ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਆਖਿਆ ਜੋ ਬਿੱਲ ਦੇ ਵਿੱਚ ਲਿਖਿਆ ਗਿਆ ਕਿ ਐਸਜੀਪੀਸੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦਾ ਗੁਰਬਾਣੀ ਪ੍ਰਸਾਰਣ ਫ੍ਰੀ ਟੂ 에ਅਰ ਕੀਤਾ ਜਾਵੇਗਾ ਕਿਸ ਨੂੰ ਕੋਈ ਵੀ ਟੈਂਡਰ ਕਿਸੇ ਚੈਨਲ ਨੂੰ ਨਹੀਂ ਦਿੱਤਾ ਜਾਵੇਗਾ ਜੇਕਰ ਗਵਰਨਰ ਨੇ ਸਾਈਨ ਕਰ ਦਿੱਤੇ ਤਾਂ ਇਹ ਸੋਧਾ ਮੰਜ਼ੂਰ ਹੋ ਜਾਵੇਗੀ ਇੱਕ ਤਰੀਕੇ ਨਾਲ ਅਤੇ ਕਾਨੂੰਨ ਬਣ ਜਾਵੇਗਾ ਅਗਲੀਆਂ ਸਰਕਾਰਾਂ ਦੇ ਲਈ ਵੀ ਰਾਹ ਪੱਧਰਾ ਹੋ ਜਾਏਗਾ ਕਿ ਇਸ ਐਕਟ ਦੇ ਵਿੱਚ ਹੋਰ ਵੀ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਐਸਜੀਪੀਸੀ ਦੀਆਂ ਸ਼ਕਤੀਆਂ ਘਟ ਜਾਣਗੀਆਂ ਅਤੇ ਜ਼ਿਆਦਾ ਸ਼ਕਤੀਆਂ ਸਰਕਾਰਾਂ ਦੇ ਹੱਥਾਂ ਦੇ ਵਿੱਚ ਆ ਜਾਣਗੀਆਂ ਦੂਜਾ ਬਿੱਲ ਪਹੁੰਚਿਆ ਹੈ ਪੁਲਿਸ ਐਕਟ ਦੇ ਵਿੱਚ ਵੀ ਸੋਧ ਕੀਤੀ ਗਈ ਹੈ ਕਿ ਅਸੀਂ ਆਪੇ ਹੀ ਡੀਜੀਪੀ ਲਾਵਾਂਗੇ ਅਸੀਂ ਕੇਂਦਰ ਸਰਕਾਰ ਨੂੰ ਨਾਮ ਨਹੀਂ ਭੇਜਣੇ ਅਫਸਰਾਂ ਦੇ ਅਤੇ ਉਹ ਸਾਨੂੰ ਤਿੰਨ ਨਾਮ ਭੇਜਣ ਉਹਨਾਂ ਦੇ ਵਿੱਚੋਂ ਇੱਕ ਡੀਜੀਪੀ ਲਾਇਆ ਜਾਵੇ ਅਜਿਹਾ ਨਹੀਂ ਹੋਵੇਗਾ ਅਸੀਂ ਆਪੇ ਹੀ ਡੀਜੀਪੀ ਲਾਉਣੇ ਨੇ ਪੁਲਿਸ ਐਕਟ ਦੀ ਸੋਧ ਵਾਲਾ ਬਿੱਲ ਵੀ ਗਵਰਨਰ ਨੂੰ ਭੇਜ ਦਿੱਤਾ ਗਿਆ ਹੈ ਹੁਣ ਗਵਰਨਰ ਸਾਈਨ ਕਰਨਗੇ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੋਗਾ ਤੋਂ ਆਪ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਤੇ ਸਿਹਤ ਸੁਪਰਵਾਈਜ਼ਰ ਬਿੰਦਰਪਾਲ ਸਿੰਘ ਲੂੰਬਾ ਦੇ ਵੱਲੋਂ ਵੱਡੇ ਇਲਜ਼ਾਮ ਲਾ ਦਿੱਤੇ ਗਏ ਕਿ ਉਹਨਾਂ ਨੇ ਮੋਗਾ ਦੇ ਸਿਵਲ ਹਸਪਤਾਲ ਦੇ 3 ਏਸੀ ਆਪਣੇ ਘਰ ਅਤੇ ਦਫ਼ਤਰ ਦੇ ਵਿੱਚ ਲਗਵਾਏ ਹੋਏ ਨੇ 4 ਏਸੀਆਂ ਦੇ ਬਿੱਲ ਅਤੇ 2 ਫ੍ਰਿਜਾਂ ਦੇ ਬਿੱਲ ਵੀ ਸਾਹਮਣੇ ਆ ਗਏ ਜਿਸ ਤੋਂ ਬਾਅਦ ਮੋਗਾ ਤੋਂ ਆਪ ਵਿਧਾਇਕਾ ਕਸੂਤੇ ਘਿਰ ਗਏ ਪਰ ਹੁਣ ਸਿਵਲ ਹਸਪਤਾਲ ਮੋਗਾ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਇਸ ਵਿਧਾਇਕਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਐਸਐਮਓ ਜਿਹੜੇ ਨੇ ਉਹਨਾਂ ਨੇ ਆਖਿਆ ਕਿ ਸਿਵਲ ਸਰਜਨ ਨੇ ਇੱਕ ਕਮੇਟੀ ਬਣਾਈ ਸੀ ਅਤੇ ਉਸ ਕਮੇਟੀ ਦੇ ਵੱਲੋਂ ਵਿਧਾਇਕਾਂ ਨੂੰ ਕਲੀਨ ਚਟਾ ਦੇ ਦਿੱਤੀ ਗਈ ਹੈ ਉਹਨਾਂ ਨੇ ਸਰਕਾਰੀ ਹਸਪਤਾਲ ਦੇ ਏਸੀ ਆਪਣੇ ਘਰ ਦੇ ਵਿੱਚ ਨਹੀਂ ਲਗਵਾਏ ਅਸੀਂ ਉਹ ਜੋ ਬਿੱਲ ਸਾਹਮਣੇ ਆਏ ਨੇ ਉਹ ਜਾ ਕੇ ਵੇਖਿਆ ਹਸਪਤਾਲ ਦੇ ਵਿੱਚ ਉਹ ਤਾਂ ਲੱਗੇ ਹੋਏ ਨੇ ਚਾਰੇ ਏਸੀ ਸਰਕਾਰੀ ਹਸਪਤਾਲ ਦੇ ਵਿੱਚ ਲੱਗੇ ਨੇ ਜਿਹੜੇ ਦੋ ਫ੍ਰਿਜਾਂ ਦੇ ਬਿੱਲ ਵੀ ਸਾਹਮਣੇ ਆਏ ਨੇ ਉਹ ਫ੍ਰਿਜਾਂ ਵੀ ਹੈਗੀਆਂ ਨੇ ਉੱਥੇ ਹੀ ਨੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਸਾਰਾ ਸਮਾਨ ਹੈ ਐਸਐਮਓ ਤੋਂ ਪੁੱਛਿਆ ਗਿਆ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਕੋਈ ਬਿੱਲ ਨਹੀਂ ਹੈਗੇ ਬਿੱਲ ਕੱਟੇ ਹੀ ਨਹੀਂ ਗਏ ਤਾਂ ਏਸੀ ਕਿੱਥੋਂ ਆਣੇ ਨੇ ਹੁਣ ਤੁਸੀਂ ਕਹਿੰਦੇ ਹੋ ਕਿ ਬਿੱਲ ਵੀ ਆ ਗਏ ਨੇ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਤੁਸੀਂ ਕਹਿ ਦਿੱਤਾ ਕਿ ਏਸੀ ਵੀ ਆ ਗਏ ਨੇ ਫਰਿੱਜਾਂ ਵੀ ਹੈਗੀਆਂ ਨੇ ਉਹੀ ਜੋ ਬਿੱਲ ਨੇ ਤਾਂ ਐਸਐਮਓ ਨੇ ਜਵਾਬ ਦਿੱਤਾ ਕਿ ਪੁਰਾਣਾ ਇੱਕ ਸਟੋਰ ਕੀਪਰ ਸੀ ਉਸ ਨੇ ਸਾਨੂੰ ਬਿੱਲ ਨਹੀਂ ਦਿਖਾਏ ਸਨ ਹੁਣ ਸਾਨੂੰ ਇਹ ਬਿੱਲ ਦਿਸੇ ਅਸੀਂ ਉਹਨਾਂ ਬਿੱਲਾਂ ਦੇ ਨਾਲ ਉਹ ਏਸੀ ਮੈਚ ਕੀਤੇ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਏਸੀ ਅਤੇ ਫਰਿੱਜਾਂ ਲੱਗੀਆਂ ਹੋਈਆਂ ਨੇ ਕੋਈ ਏਸੀ ਅਤੇ ਫਰਿੱਜਾਂ ਆਪਣੇ ਘਰ ਨਹੀਂ ਲੈ ਕੇ ਗਏ ਮੂਗਾ ਤੋਂ ਆਪ ਵਿਧਾਇਕਾ ਐਸਐਮਓ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਅਤੇ ਕਲੀਨ ਚਿੱਟ ਸਿਵਲ ਹਸਪਤਾਲ ਦੇ ਵੱਲੋਂ ਆਪ ਵਿਧਾਇਕਾ ਨੂੰ ਦੇ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਨੇਤਰਹੀਣਾ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਗਰੂਰ ਵਾਲਾ ਘਰ ਘੇਰਿਆ ਗਿਆ ਬੀਤੇ ਦਿਨ ਮੰਗਾ ਮੁੱਖ ਮੰਤਰੀ ਦੇ ਅੱਗੇ ਰੱਖੀਆਂ ਗਈਆਂ ਸਭ ਤੋਂ ਪਹਿਲੀ ਮੰਗ ਤਾਂ ਇਹ ਮੁੱਖ ਮੰਤਰੀ ਜੀ ਮੀਟਿੰਗ ਕਰੋ ਸਾਡੇ ਨਾਲ ਮੀਟਿੰਗ ਦਾ ਸਮਾਂ ਦਿਓ ਕਿਹੜੀਆਂ ਮੰਗਾਂ ਡਿਸਕਸ ਕਰਨੀਆਂ ਨੇ ਉਹਨਾਂ ਬਾਰੇ ਵੀ ਇਸ ਜਥੇਬੰਦੀ ਦੇ ਵੱਲੋਂ ਦੱਸ ਦਿੱਤਾ ਗਿਆ ਉਹ ਕਹਿੰਦੇ ਨੇ ਜਿਹੜੀਆਂ ਨੌਕਰੀਆਂ ਖਾਲੀ ਪਈਆਂ ਨੇ ਇਸ ਕੈਟਾਗਰੀ ਦੇ ਵਿੱਚ ਜੋ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀਆਂ ਖਾਲੀ ਪਈਆਂ ਨੇ ਉਹ ਭਰੀਆਂ ਜਾਣੀਆਂ ਚਾਹੀਦੀਆਂ ਨੇ ਪੈਂਸ਼ਨ ਦੇ ਵਿੱਚ ਵਾਅਦਾ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਜਾਲੀ ਲੋਕਾਂ ਨੇ ਕਾੜ ਬਣਾਏ ਹੋਏ ਨੇ ਅੰਗਹੀਣਾ ਦੇ ਅਤੇ ਨੇਤਰਹੀਣਾ ਦੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਪੂਰੇ ਪੰਜਾਬ ਦੇ ਵਿੱਚ 50 ਹਜ਼ਾਰ ਦੇ ਕਰੀਬ ਹੈਗੇ ਆ ਜਿਹੜੇ ਨੇਤਰਹੀਣਾ ਪਰ ਕਾੜ ਬਹੁਤ ਵੱਡੀ ਗਿਣਤੀ ਦੇ ਵਿੱਚ ਬਣੇ ਹੋਏ ਨੇ ਉਹਨਾਂ ਦੀ ਜਾਂਚ ਕਰੋ ਬਾਕੀਆਂ ਦੇ ਕਟੋ ਤਾਂ ਜੋ ਜਿਹੜੇ ਲਾਭ ਨੇ ਉਹ ਸਹੀ ਲਾਭਪਾਤਰੀਆਂ ਨੂੰ ਮਿਲ ਸਕਣ ਇਹ ਮੰਗਾਂ ਸੀ ਮੁੱਖ ਮੰਤਰੀ ਦੇ ਅੱਗੇ ਰੱਖਣੀਆਂ ਨੇ ਪਰ ਮੁੱਖ ਮੰਤਰੀ ਸਾਨੂੰ ਮਿਲਦੇ ਨਹੀਂ ਜਿਸ ਕਰਕੇ ਸਾਨੂੰ ਇਹ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਟੋਲਾਵਾਲ ਜਿੱਥੋਂ ਦੇ ਕਿਸਾਨ ਨਾਜ਼ਰ ਸਿੰਘ ਦੇ ਵੱਲੋਂ ਘਰ ਦੇ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਕਿਸਾਨ ਸਾਥੀਆਂ ਨੇ ਦੱਸਿਆ ਕਿ ਉਸਦੇ ਸਿਰ ਤੇ ਲੱਖਾਂ ਰੁਪਏ ਦਾ ਕਰਜ਼ਾ ਸੀ ਪਰੇਸ਼ਾਨ ਰਹਿੰਦਾ ਸੀ ਇਸੇ ਕਰਕੇ ਹੀ ਉਸਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਮ੍ਰਿਤਕ ਆਪਣੇ ਪਿੱਛੇ ਆਪਣੇ ਦੋ ਬੱਚੇ ਛੱਡ ਗਿਆ ਹੈ ਸਾਥੀ ਕਿਸਾਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹੜ ਅਗਲੀ ਵਾਰ ਫੇਰਾ ਜ਼ਰੂਰ ਮਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ